ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਕਿ ਫਾਰਮਰ ਪ੍ਰੋਟੈਸਟ ਚੱਲ ਰਿਹਾ ਹੈ ਅਤੇ ਇਸ ਪ੍ਰੋਟੈਸਟ ਦੇ ਵਿੱਚ ਕਾਫੀ ਸਾਡੇ ਕਿਸਾਨ ਵੀਰ ਜ਼ਖਮੀ ਵੀ ਹੋਏ ਨੇ। ਜਿਵੇਂ ਤੁਹਾਨੂੰ ਪਤਾ ਹੋਣਾ ਹੈ ਕਿ ਇੱਕ ਮੁੰਡਾ ਹੈ ਜਿਹਦੇ ਕਿ ਅੱਖ ਦੇ ਉੱਪਰ ਅਥਰੂ ਗੈਸ ਦਾ ਗੋਲਾ ਲੱਗਿਆ ਸੀ। ਉਸ ਨੌਜਵਾਨ ਦੀ ਇੱਕ ਅੱਖ ਡੈਮੇਜ ਹੋ ਚੁੱਕੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਿਰਫ ਇੱਕ ਅੱਖ ਨਾਲ ਹੀ ਵੇਖ ਸਕੇਗਾ। ਦੋਸਤੋ, ਪਰ ਕਿਸਾਨਾਂ ਦਾ ਜਜ਼ਬਾ ਵੇਖੋ, ਉਹ ਇੰਨੀਆਂ ਸੱਟਾਂ ਪੇਟਾਂ ਖਾਣ ਤੋਂ ਬਾਅਦ ਵੀ ਪਿੱਛੇ ਨਹੀਂ ਹਟ ਰਹੇ। ਅਤੇ ਤੁਸੀਂ ਇਸ ਵੀਡੀਓ ਵਿੱਚ ਵੀ ਵੇਖ ਸਕਦੇ ਹੋ ਕਿ ਜਦੋਂ ਇੱਕ ਪੁੱਤ ਦੇ ਸੱਟ ਲੱਗਦੀ ਹੈ ਤਾਂ ਮਾਂ ਵੀ ਫਿਰ ਆ ਕੇ ਸਾਹਮਣੇ ਖੜੀ ਹੋ ਜਾਂਦੀ ਹੈ। ਉਹ ਪੁਲਿਸ ਮੁਲਾਜ਼ਮਾਂ ਨੂੰ ਕਹਿੰਦੀ ਹੈ ਕਿ ਲੈ ਮੇਰੇ ਵੀ ਗੋਲਾ ਮਾਰੋ ਜੇਕਰ ਤੁਹਾਡੇ ਕਾਲਜ ਦੇ ਵਿੱਚ ਠੰਡ ਨਹੀਂ ਪਈ। ਦੋਸਤੋ, ਪੰਜਾਬ ਦੀਆਂ ਮਾਵਾਂ ਵੀ ਕਿਸੇ ਨਾਲੋਂ ਘੱਟ ਨਹੀਂ। ਦੋਸਤੋ, ਪੰਜਾਬ ਨੇ ਸਾਬਤ ਕਰਕੇ ਰੱਖ ਦਿੱਤਾ ਹੈ ਕਿ ਜਿੱਥੇ ਪੰਜਾਬ ਦੇ ਨੌਜਵਾਨ ਪਿੱਛੇ ਨਹੀਂ ਹਟਦੇ ਉੱਥੇ ਪੰਜਾਬ ਦੀਆਂ ਧੀਆਂ ਭੈਣਾਂ ਵੀ ਵੱਧ ਚੜ੍ਹ ਕੇ ਇਸ ਮੋਰਚੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ। ਸੋ ਦੋਸਤੋ, ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ? ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ। ਉਦੋਂ ਤੱਕ ਰੱਬ ਰੱਖਾ।